ਐਬਸੋਲਿਊਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਪਹਿਲੇ ਆਪਾਂ ਜਿਹੜਾ ਸੈਗਮੈਂਟ ਬਣਾਇਆ ਸੀ ਉਹਦੇ ਵਿੱਚ ਮੈਂ ਥੋੜੀ ਜਿਹੀ ਤੁਹਾਨੂੰ ਸੋਨਸੂਤ ਤੇ ਜ਼ਿੰਦਗੀ ਬਾਰੇ ਦੱਸਿਆ ਸੀ ਕਿਉਂ ਨੇ ਯੋਧ ਦੀ ਕਲਾ ਜਿਹੜੀ ਉਹ ਲਿਖੀ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਉਹਦੀ ਥੋੜੀ ਜਹੀ ਪਹਿਲਾ ਸ਼ੁਰੂਆਤ ਤੇ ਫਿਰ ਆਪਾਂ ਜਿਹੜੇ ਉਹਦੇ ਸਾਰੇ 13 ਚੈਪਟਰ ਆ ਉਹ ਇੱਕ ਇੱਕ ਕਰਕੇ ਤੁਹਾਡੇ ਨਾਲ ਡਿਸਕਸ ਮੈਂ ਕਰੂੰਗਾ ਇਹ ਜਿਹੜਾ ਚੀਨ ਦਾ ਪ੍ਰਾਣਾ ਇੱਕ ਉਸ ਟਾਈਮ ਤੇ ਵੱਡ ਵੱਡੇ ਮਹਾਰਾਜੇ ਰਾਜੇ ਜਾਂ ਆਪਣੇ ਆਪ ਨੂੰ ਐਮਪੀਰਰ ਸੁਲਤਾਨ ਕਹਣ ਵਾਲੇ ਹੁੰਦੇ ਸੀ ਤੇ ਸੋਨਸੂ ਦੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਨਹੀਂ ਲੋਕਾਂ ਨੂੰ ਪਤਾ ਤੇ ਇਤਿਹਾਸ ਵਿੱਚ ਉਹਦੀ ਜ਼ਿੰਦਗੀ ਪਹਿਲਾਂ ਕਿੱਥੇ ਸੀ ਜਾਂ ਕਿੰਨਾ ਕੁ ਪੜਿਆ ਇਹਦੇ ਬਾਰੇ ਬਹੁਤਾ ਨਹੀਂ ਪਤਾ 2500 ਸਾਲ ਇਹ ਪੁਰਾਣਾ ਜਿਹੜਾ ਉਹਨੇ ਯੁੱਧ ਦੀ ਕਲਾ ਦੇ ਤਰੀਕ ਤੌਰ ਤਰੀਕੇ ਜਿਹੜੇ ਆ ਉਹ ਲਿਖੇ ਆ ਤੇ ਇਹ ਜਿਹੜਾ ਸੀ ਸੁਲਤਾਨ ਕਹਿ ਲੋ ਜਾਂ ਐਂਪੀਰ ਵੂ 에ਰੀਆ ਦਾ ਸ਼ਾਹ ਉਹਦੇ ਕੋਲ ਗਿਆ ਤੇ ਇਹਨੇ ਆਪਣੀ ਉਹਨੂੰ ਫਲਸਫੀ ਦੱਸੀ ਕਿ ਸਰਕਾਰ ਨੂੰ ਕਿਸ ਤਰ੍ਹਾਂ ਪੂਰੇ ਆਪ ਅਸੂਲਾਂ ਤੇ ਚੱਲਣਾ ਚਾਹੀਦਾ ਜੋ ਕਾਇਦੇ ਕਾਨੂੰਨ ਬਣਾਏ ਉਹ ਪੂਰੇ ਕਰਨੇ ਚਾਹੀਦੇ ਆ ਜੋ ਵਾਦੇ ਕੀਤੇ ਪੂਰੇ ਰੱਖਣੇ ਚਾਹੀਦੇ ਆ ਤੇ ਫੌਜਾਂ ਨੂੰ ਵੀ ਪੂਰੀ ਸਪਲਾਈ ਹੋਣੀ ਚਾਹੀਦੀ ਤੇ ਉਹਨੇ ਕਿਹਾ ਕਿ ਮੈਂ ਇੱਕ ਵਧੀਆ ਸੈਨਾਪਤੀ ਜਾਂ ਜਰਨਲ ਬਣ ਸਕਦਾ ਤੇ ਉਹ ਕਈ ਥਾਂ ਤੇ ਪਹਿਲਾਂ ਕਹਿੰਦੇ ਗਿਆ ਤੇ ਉਹਦੀ ਫਿਲਾਸਫੀ ਜਾਂ ਉਹਦਾ ਫਲਸਫਾ ਜਿਹੜਾ ਆ ਉਹ ਕਈ ਰਾਜਿਆਂ ਨੂੰ ਜਾਂ ਸੁਲਤਾਨਾਂ ਨੂੰ ਨਹੀਂ ਪਸੰਦ ਆਇਆ ਤੇ ਸੁੰਸੂ ਦੀ ਜਿਹੜਾ ਫਲਸਫਾ ਸੀਗਾ ਉਹ ਕਹਿੰਦਾ ਸੀ ਕਿ ਜਿਹੜੇ ਹਥਿਆਰ ਇਹ ਇੱਕ ਬਹੁਤ ਮਾੜੀ ਕਿਸਮਤ ਦੀ ਨਿਸ਼ਾਨੀ ਆ ਮਾੜੀ ਕਿਸਮਤ ਦਾ ਤੁਹਾਨੂੰ ਸਮਝ ਆ ਗਿਆ ਕਿ ਹਥਿਆਰ ਜਿਹੜੇ ਆ ਉਹ ਚੰਗੇ ਕੰਮ ਲਈ ਤਾਂ ਹੁੰਦੇ ਨਹੀਂ ਚਾਹੇ ਆਪਾਂ ਕਿਸੇ ਤੇ ਚਲਾਈਏ ਜਾ ਕੋਈ ਸਾਡੇ ਤੇ ਚਲਾਉਂਦਾ ਉਹ ਦੋਨੀਆਂ ਪਾਸੇ ਨੁਕਸਾਨ ਹੁੰਦਾ ਤੇ ਸੂਨਸੂ ਦਾ ਕਹਿਣਾ ਸੀਗਾ ਕਿ ਜਿਹੜੀ ਮੌਤ ਆ ਉਹ ਪਿੱਛੇ ਨਹੀਂ ਮੋੜੀ ਜਾ ਸਕਦੀ ਇੱਕ ਵਾਰੀ ਜਿਹੜਾ ਬੰਦਾ ਮਰ ਗਿਆ ਉਹ ਮਰ ਗਿਆ ਤੇ ਉਹਦਾ ਇਹ ਵੀ ਕਹਿਣਾ ਸੀ ਕਿ ਕੋਈ ਰਾਜਾ ਜਾਂ ਕੋਈ ਸਰਕਾਰ ਕਿਸੇ ਮੁਲਕ ਦੀ ਸਰਕਾਰ ਹੋਵੇ ਉਹਨੂੰ ਕਦੇ ਵੀ ਗੁੱਸੇ ਵਿੱਚ ਆ ਕੇ ਆਪਣੀਆਂ ਫੌਜਾਂ ਜਿਹੜੀਆਂ ਇੱਧਰ ਉੱਧਰ ਨਹੀਂ ਕਰਨੀਆਂ ਚਾਹੀਦੀਆਂ ਇਦਰ ਉਧਰ ਦਾ ਮਤਲਬ ਹੈ ਤੁਹਾਨੂੰ ਪਤਾ ਹੀ ਹੈ ਕਿ ਬਾਰਡਰ ਤੇ ਭੇਜਤੀ ਕਿਸੇ ਨੂੰ ਧਮਕੀਆਂ ਦੇਤੀਆਂ ਕਿਸੇ ਨਾਲ ਚਿੰਜੜੀਆਂ ਛੇੜ ਲਈਆਂ ਉਹ ਗੁੱਸੇ ਦੇ ਵਿੱਚ ਆ ਕੇ ਵੀ ਕਦੇ ਨਹੀਂ ਕਰਨੀਆਂ ਚਾਹੀਦੀਆਂ ਤੇ ਉਹਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਆਰਮੀ ਦੇ ਮਿਲਟਰੀ ਦੇ ਕਮਾਂਡਰ ਆ ਮੋਰੇ ਵੱਡੇ ਜਰਨੈਲ ਆ ਉਹਨਾਂ ਨੂੰ ਕਦੇ ਵੀ ਗੁੱਸੇ ਦੇ ਵਿੱਚ ਆ ਕੇ ਜਿਹੜੀ ਕਿਸੇ ਨਾਲ ਲੜਾਈ ਉਹ ਪੜਕਾਉਣੀ ਨਹੀਂ ਚਾਹੀਦੀ ਕਿ ਗੁੱਸੇ ਦੇ ਵਿੱਚ ਆ ਕੇ ਕਿਸੇ ਨੂੰ ਧਮਕੀਆਂ ਦੇ ਦਈਏ ਜਾਂ ਲੜਾਈ ਛੇੜਨ ਦੇ ਆਪਣੀ ਸਰਕਾਰ ਨੂੰ ਔਕਸਾਈਏ ਕਿ ਗੁੱਸੇ ਦੇ ਵਿੱਚ ਆ ਕੇ ਆਪਾਂ ਕਦੇ ਵੀ ਸਹੀ ਜਿਹੜਾ ਉਹ ਫੈਸਲਾ ਨਹੀਂ ਲੈ ਸਕਦੇ ਤੇ ਜਿਹੜੀ ਕਈ ਵਾਰ ਇਦਾਂ ਹੁੰਦਾ ਕਿ ਜਿਹੜਾ ਗੁੱਸਾ ਆ ਉਹ ਬਾਅਦ ਦੇ ਵਿੱਚ ਖੁਸ਼ੀ 'ਚ ਬਦਲ ਸਕਦਾ ਜਿਹੜੇ ਫਿਕਰ ਹੁੰਦੇ ਆ ਉਹ ਖਤਮ ਹੋ ਸਕਦੇ ਆ ਅਸੀਂ ਆਨੰਦਮਈ ਜ਼ਿੰਦਗੀ ਜੀ ਸਕਦੇ ਆ ਪਰ ਜਿਹੜੇ ਗੁੱਸੇ ਦੇ ਵਿੱਚ ਆ ਕੇ ਇੱਕ ਵਾਰੀ ਲੜਾਈ ਕਰ ਲਈ ਜਿਹੜੀ ਮੁਲਕ ਦੀ ਤਬਾਹੀ ਹੋ ਗਈ ਉਹ ਮੁੜ ਕੇ ਮੌਲਕੋ ਦੰਦਾ ਨਹੀਂ ਬਣਨਾ ਜਿਹੜੇ ਉਹਦੇ ਵਿੱਚ ਮਰ ਗਏ ਜਾਂ ਸ਼ਹੀਦ ਹੋ ਗਏ ਉਹ ਮੁੜ ਕੇ ਕਦੇ ਜਿੰਦੇ ਨਹੀਂ ਹੋਣੇ ਇਸ ਕਰਕੇ ਜਿਹੜੀ ਲੜਾਈ ਆ ਉਹ ਆਖਰੀ ਹੋਣੀ ਚਾਹੀਦੀ ਆ ਕਿ ਜੇ ਹੋਰ ਕੋਈ ਕਾਰਾ ਜਾਂ ਚਾਰਾ ਕਿਸੇ ਤਰ੍ਹਾਂ ਦਾ ਸਾਡਾ ਕੋਈ ਵੀ ਕੰਮ ਨਹੀਂ ਆਉਂਦਾ ਤਾਂ ਜਿਹੜੀ ਲੜਾਈ ਆ ਉਹ ਆਖਰੀ ਹੋਣੀ ਚਾਹੀਦੀ ਆ ਨਹੀਂ ਤਾਂ ਆਮ ਜਿਹੜੀਆਂ ਹਾਲਤਾਂ ਦੇ ਵਿੱਚ ਲੜਾਈ ਤੋਂ ਬਚਣਾ ਚਾਹੀਦਾ ਇਹ ਜਿਹੜਾ ਸੋਨਸੂ ਭਾਵੇਂ ਉਹਨੇ ਲੜਾਈ ਦੇ ਤਰੀਕੇ ਯੁੱਧ ਦੀ ਕਲਾ ਲਿਖੀ ਆ ਕਹਿੰਦੇ ਉਹ ਕਦੇ ਹਾਰਿਆ ਨਹੀਂ ਸੀ ਤੇ ਹਾਲੇ ਵੀ 2500 ਸਾਲ ਦੇ ਵਿੱਚ ਉਹਦਾ ਫਲਸਫਾ ਜੋ ਵੀ ਲਿਖਿਆ ਉਹ ਕਦੇ ਗਲਤ ਸਾਬਤ ਨਹੀਂ ਹੋਇਆ ਪਰ ਫੇਰ ਵੀ ਉਹਦਾ ਵਾਰ-ਵਾਰ ਕਹਿਣਾ ਸੀ ਕਿ ਲੜਾਈ ਜਿਹੜੀ ਆ ਉਹ ਛੇਤੀ ਨਹੀਂ ਕਰਨੀ ਚਾਹੀਦੀ ਤੇ ਨਾਲ ਉਹਦਾ ਇਹ ਕਹਿਣਾ ਸੀਗਾ ਕਿ ਸਵੈ ਪਰਚੋਲ ਆਪਣੇ ਆਪ ਨੂੰ ਪਰਚੋਲ ਕਰਕੇ ਦੇਖੋ ਕਿ ਮੈਂ ਕਿਸ ਤਰ੍ਹਾਂ ਦਾ ਇਨਸਾਨ ਆ ਚਾਹੇ ਉਹ ਫੌਜਾਂ ਦਾ ਸੈਨਾਪਤੀ ਹੋਵੇ ਚਾਹੇ ਸਪਾਈ ਹੋਵੇ ਚਾਹੇ ਉਹ ਕੋਈ ਟੱਬਰਦਾਰ ਬੰਦਾ ਹੋਵੇ ਚਾਹੇ ਰਾਜਾ ਹੋਵੇ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਲੱਗਦਾ ਉਹਨਾਂ ਚ ਸਾਨੂੰ ਆਪਣੀਆਂ ਗਲਤੀਆਂ ਦਾ ਵੀ ਪਤਾ ਨਹੀਂ ਲੱਗਦਾ ਤੇ ਦੂਜੇ ਪਾਸੇ ਜਿਹੜੇ ਸਰਕਾਰ ਆ ਉਹਨੂੰ ਨੈਤਿਕ ਅਸੂਲ ਜਿਹੜੇ ਨੈਤਿਕ ਕਾਨੂੰਨ ਆ ਰੂਲ ਆ ਉਹ ਬਣਾਉਣੇ ਚਾਹੀਦੇ ਆ ਤੇ ਉਹਨਾਂ ਨੂੰ ਆਪ ਵੀ ਓਨੀ ਇਮਾਨਦਾਰੀ ਨਾਲ ਮੰਨਣਾ ਚਾਹੀਦਾ ਤੇ ਕਾਨੂੰਨ ਜੇ ਸਖਤਿਆ ਤੇ ਉਹ ਸਖਤੀ ਨਾਲ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਆ ਤੇ ਜੇ ਕੋਈ ਤੋੜਦਾ ਤਾਂ ਉਹਨੂੰ ਸਖਤੀ ਨਾਲ ਸਜ਼ਾ ਦੇਣੀ ਚਾਹੀਦੀ ਹੈ ਇਦਾਂ ਨਹੀਂ ਕਿ ਇੱਕ ਬੰਦੇ ਨੂੰ ਸਜ਼ਾ ਦੇਤੀ ਦੂਜੇ ਨੂੰ ਛੜ ਦਿੱਤਾ ਇੱਕ ਲਈ ਕਾਨੂੰਨ ਹੋਰ ਤੇ ਦੂਜੇ ਲਈ ਹੋਰ ਤੇ ਮੈਂ ਇੱਥੇ ਪਹਿਲਾਂ ਤੁਹਾਡੇ ਨਾਲ ਇੱਕ ਉਹਦੀ ਕਹਾਣੀ ਜਾਂ ਜੋ ਉਹਦਾ ਇੱਕ ਵਾਕਿਆ ਹੋਇਆ ਜਦੋਂ ਉਹ ਬੂ ਦੇ ਮਹਾਰਾਜੇ ਜਾਂ ਸੁਲਤਾਨ ਕੋਲ ਗਿਆ ਤੇ ਉਹਨੇ ਕਿਹਾ ਕਿ ਮੈਨੂੰ ਸਾਬਤ ਕਰਕੇ ਦਿਖਾ ਲ ਕੇ ਜਿਹੜੀ ਫੌਜ ਆ ਉਹ ਤਿਆਰ ਹੋ ਸਕਦੀ ਆ ਤੇ ਮੈਂ ਬਹੁਤਾ ਇੱਥੇ ਡਿਟੇਲ ਵਿੱਚ ਨਹੀਂ ਜਾਂਦਾ ਆ ਤੁਹਾਨੂੰ ਸ਼ਾਇਦ ਕਾਫੀ ਲੋਕਾਂ ਨੂੰ ਪਤਾ ਹੋਵੇ ਕਿ ਪਹਿਲਾ ਮਹਾਰਾਜੇ ਰਾਜੇ ਜਿਹੜੇ ਆ ਉਹ 100 100 ਜਾਂ 100 100 ਦੇ தாம் ਆ ਕਹਿ ਸਕਦਾ ਕਿ ਸੈਂਕੜੇ ਹਜ਼ਾਰਾਂ ਉਹਨਾਂ ਦੀਆਂ ਰਾਣੀਆਂ ਤਾਂ ਨਹੀਂ ਕਹਿ ਸਕਦੇ ਦੋ ਤਰ੍ਹਾਂ ਦੇ ਉਸ ਤਰ੍ਹਾਂ ਦੇ ਹੁੰਦੇ ਸੀ ਇੱਕ ਤਾਂ ਵਿਆਹ ਕਰਕੇ ਜਿਹੜੀ ਪੂਰੀ ਰਾਣੀ ਹੋਣੀ ਆ ਤੇ ਬਾਕੀ ਜਿਹੜੀਆਂ ਔਰਤਾਂ ਰੱਖੀਆਂ ਆ ਇਹ ਇਤਿਹਾਸ ਦੇ ਵਿੱਚ ਹਰੇਕ ਧਰਮ ਦੇ ਵਿੱਚ ਹਰੇਕ ਦੇ ਵਿੱਚ ਮਿਲਦਾ ਤੇ ਤੁਹਾਨੂੰ ਪਤਾ ਹੋਣਾ ਮਹਾਰਾਜਾ ਰਣਜੀਤ ਸਿੰਘ ਆ ਉਹਦੇ ਵੀ 10 ਵਿਆਹ ਸੀ ਤੇ 10ਾਂ ਤੇ ਚਾਦਰ ਪਾਈ ਸੀ ਹੁਣ ਜਿਹਨਾਂ ਤੇ ਚਾਦਰ ਪਾਈ ਸੀ ਉਹਨਾਂ ਨੂੰ ਬਰਾਬਰ ਦਾ ਦਰਜਾ ਤਾਂ ਮੇਰੇ ਖਿਆਲ ਨਾਲ ਨਹੀਂ ਮਿਲਣਾ ਤੇ ਬਾਕੀ ਹੋਰ ਮੇਖਾ 25 30 ਹੋਰ ਤਾਂ ਜੜੀਆਂ ਉਹਦੇ ਹਰਮ ਦੇ ਵਿੱਚ ਉਹਦਾ ਹੁੰਦੀਆਂ ਸੀ ਤੇ ਇਤਿਹਾਸ ਕਹਿੰਦਾ ਕਿ ਚਾਈਨਾ ਦੇ ਵਿੱਚ ਇੱਥੋਂ ਤੱਕ ਕਿ ਇੱਕ ਜਿਹੜਾ ਸ਼ਿਗਾਹ ਮਹਾਰਾਜਾ ਕਿਸੇ ਥਾਂ ਦਾ ਵੱਡਾ ਆਪਣੇ ਆਪ ਨੂੰ ਸੁਲਤਾਨ ਕਹਾਉਂਦਾ ਸੀ ਉਹਦੀਆਂ 10000 ਤੋਂ ਉੱਪਰ ਜੜੀਆਂ ਇੰਗਲਿਸ਼ ਤਾਂ ਅੰਗਰੇਜ਼ੀ ਦਾ ਅੱਖਰ ਉਹ ਕੰਬਾਈਨ ਮੈਂ ਉਹ ਅੱਖਰ ਨਹੀਂ ਵਰਤਾਂਗਾ ਮੈਂ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਪ੍ਰੇਮ ਕਾ ਜਾਂ ਰੁਖੈਲਾ ਕਹਿ ਸਕਦੇ ਆ ਤੇ ਇਸ ਜਿਹੜਾ ਵਾਕਿਆ ਉਹਦੇ ਵਿੱਚ ਇਹ ਸੀਗਾ ਕਿ ਜਦੋਂ ਸੁਲਤਾਨ ਨੇ ਕਿਹਾ ਸੁਨਜ਼ੂ ਨੂੰ ਕਿ ਮੈਨੂੰ ਸਬੂਤ ਦੇ ਮੈਨੂੰ ਤਿਆਰ ਕਰਕੇ ਦਿਖਾਓ ਤੇ ਉਹਨੇ ਇਤਿਹਾਸ ਮੁਤਾਬਕ 180 ਜੜੀਆਂ ਉਹਦੀਆਂ ਉਹ ਤੇ ਈ ਮੀ ਆ ਸਮਝ ਲਓ ਜਾਂ ਉਹਦੀਆਂ ਰੁਖੇਲਾਂ ਸੀਗੀਆਂ ਉਹਨਾਂ ਨੂੰ ਲਿਆਂਦਾ ਤੇ ਉਹਨਾਂ ਨੂੰ ਹੱਥਾਂ ਦੇ ਵਿੱਚ ਅੰਗਰੇਜ਼ੀ ਚ ਸਪੀਅਰ ਜੋ ਆਪਣੇ ਨੇਜ਼ਾ ਕਹਿੰਦੇ ਆ ਮਰਸ਼ੇ ਵਰਗਾ ਡੰਡੇ ਦਾ ਮੋਹਰੇ ਤੁਹਾਨੂੰ ਪਤਾ ਬਲੇਡ ਲੱਗਾ ਹੁੰਦਾ ਉਹ ਫੜਾਤਾ ਤੇ ਉਹਨੂੰ ਦੋ ਗਰੁੱਪਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਤੇ ਉਹਨਾਂ ਦੇ ਜਿਹੜੇ ਮੋਹਰੇ ਇੱਕ ਇੱਕ ਕੁੜੀ ਸੀ ਉਹਨਾਂ ਨੂੰ ਕਹਿ ਤਾਂ ਕਿ ਤੁਸੀਂ ਇਹਨਾਂ ਦੇ ਮੋਹਰੇ ਸਮਝ ਲਓ ਕਿ ਫੌਜ ਦੇ ਚੌਧਰੀ ਜਾਂ ਲੀਡਰ ਤੁਸੀਂ ਆਂ ਤੇ ਉਹਨੇ ਕਿਹਾ ਕਿ ਜਦੋਂ ਮੈਂ ਤੁਹਾਨੂੰ ਕਹਾਂਗਾ ਕਿ ਮਾਰਚ ਕਰਨਾ ਜਾਂ ਤੁਰਨਾ ਸਿੱਧੇ ਤੂੰ ਸਿੱਧੇ ਤੁਰਨਾ ਜਦੋਂ ਮੈਂ ਕਹਾਂ ਰੁਕਣਾ ਤਾਂ ਤੂੰ ਰੁਕ ਜਾਣਾ ਤੇ ਜਦੋਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਖੱਬੇ ਪਾਸੇ ਮੋੜੋ ਤੇ ਤੁਸੀਂ ਖੱਬੇ ਪਾਸੇ ਮੁੜ ਜਾਣਾ ਤੇ ਜਦੋਂ ਕਹਾਂ ਸੱਜੇ ਮੋੜੋ ਤਾਂ ਸੱਜੇ ਮੋੜਨਾ ਤੇ ਜਦੋਂ ਤਿਆਰ ਹੋ ਗਿਆ ਤੇ ਉਹਨੇ ਕਿਹਾ ਖੱਬੇ ਮੋੜੋ ਤੇ ਕੁੜੀਆਂ ਨੂੰ ਪਤਾ ਨਹੀਂ ਸੀਗਾ ਤੇ ਉਹਨਾਂ ਨੇ ਸਮਝਾਇਆ ਤਾਂ ਮਖੌਲ ਜਿਹਾ ਲੱਗਦਾ ਤੇ ਉਹਨਾਂ ਦੇ ਹਾਸਾ ਹੱਸ ਕੇ ਡੋਰੀਆਂ ਹੋ ਗਈਆਂ ਤੇ ਸਨਸੂ ਕਹਿੰਦਾ ਕਿ ਜੇ ਕੋਈ ਜਰਨੈਲ ਫੌਜਾਂ ਦਾ ਆਪਣੇ ਸਪਾਹੀਆਂ ਨੂੰ ਕੋਈ ਹੁਕਮ ਦਿੰਦਾ ਤੇ ਉਹ ਨਹੀਂ ਮੰਨਦੇ ਤੇ ਇਹਦਾ ਮਤਲਬ ਜਰਨੈਲ ਦਾ ਕਸੂਰ ਆ ਸ਼ਾਇਦ ਉਹਨੂੰ ਆਪਣਾ ਜਿਹੜਾ ਹੁਕਮ ਆ ਉਹ ਚੰਗੀ ਤਰ੍ਹਾਂ ਸਮਝਾਉਣਾ ਨਹੀਂ ਆਇਆ ਤੇ ਫੌਜੀਆਂ ਨੂੰ ਹੋ ਸਕਦਾ ਸਮਝ ਨਾ ਲੱਗੀ ਹੋਵੇ ਇਸ ਕਰਕੇ ਮੈਂ ਇਹ ਦੁਬਾਰਾ ਫੇ ਤੁਹਾਨੂੰ ਦੱਸਦਾ ਕਿ ਤੁਸੀਂ ਖੱਬੇ ਮੋੜਨਾ ਜਾਂ ਮੈਂ ਖੱਬੇ ਕਹਿਣਾ ਜਦੋਂ ਸੱਜੇ ਪਾਸੇ ਨੂੰ ਕਹਣਾ ਤੁਸੀਂ ਸੱਜੇ ਪਾਸੇ ਨੂੰ ਮੋੜਨਾ ਫਿਰ ਉਹਨੇ ਦੁਬਾਰਾ ਕੁੜੀਆਂ ਨੂੰ ਕਿਹਾ ਸੱਜੇ ਮੁੜੋ ਤੇ ਉਹ ਫੇਰ ਹਾਸਾ ਬਹੁਤ ਜ਼ਿਆਦਾ ਦੋਰੀਆਂ ਹੁੰਦੀਆਂ ਜਾਣ ਕੇ ਮਖੌਲਿਆ ਕਿਸਮ ਦਾ ਤੇ ਸੰਸੂ ਕਹਿੰਦਾ ਕਿ ਜੇ ਪਹਿਲੀ ਵਾਰੀ ਫੌਜੀਆ ਨੂੰ ਸਮਝ ਨਹੀਂ ਲੱਗੀ ਤੇ ਇਹਦਾ ਮਤਲਬ ਜਰਨਲ ਦਾ ਕਸੂਰ ਹੋ ਕੋ ਉਹ ਤੋਂ ਚੰਗੀ ਤਰ੍ਹਾਂ ਦੱਸਣਾ ਨਹੀਂ ਆਇਆ ਜੇ ਦੂਜੀ ਵਾਰੀ ਜੋ ਜਰਨਲ ਨੇ ਕਿਹਾ ਉਹ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਿਹਾ ਕਿ ਜਿਹਦੀ ਸਮਝ ਲੱਗਣੀ ਚਾਹੀਦੀ ਆ ਪਰ ਜੇ ਸਪਾਈ ਜਾਂ ਫੌਜੀ ਫੇਰ ਵੀ ਉਹ ਆਖੇ ਨਹੀਂ ਲਗੇ ਤੇ ਇਹਦਾ ਮਤਲਬ ਜਿਹੜੇ ਫੌਜੀਆ ਦੇ ਮੋਹਰਲੇ ਅਫਸਰ ਆ ਉਹਨਾਂ ਨੇ ਉਹਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਉਹਨਾਂ ਦਾ ਖੂਰ ਉਹ ਤੇ ਜਿਹੜੀਆਂ ਦੋ ਕੁੜੀਆਂ ਉਹਨਾਂ ਦੇ ਇਨਚਾਰਜ ਬਣਾਈਆਂ ਸੀ ਉਹ ਕਹਿੰਦਾ ਕਿ ਇਹਨਾਂ ਦਾ ਸੈਰ ਲਾ ਦਿਓ ਜਦੋਂ ਸਮਰਾਟ ਜਿਹੜਾ ਬੈਠਾ ਸੀਗਾ ਦੂਰ ਉੱਪਰ ਚੂਤਰੇ ਤੇ ਉਹਨੇ ਦੇਖਿਆ ਉਹਨੇ ਇੱਕਦਮ ਸਨੇਹਾ ਭੇਜਿਆ ਥੱਲੇ ਸੂ ਨੂੰ ਕਿ ਇਹ ਮੇਰੀਆਂ ਚਹੇਤੀਆਂ ਜਾਦਾ ਮੇਰੀਆਂ ਚਹੇਤੀਆਂ ਦੋ ਕੜੀਆਂ ਕੁੜੀਆਂ ਆ ਇਹਨਾਂ ਨੂੰ ਤੂੰ ਸਜ਼ਾ ਲਾ ਦੇ ਮੈਂ ਮੰਨ ਗਿਆ ਜੋ ਤੂੰ ਕੁਛ ਕਹਿਣਾ ਸੁਨ ਜੂ ਕਹਿੰਦਾ ਨਹੀਂ ਤੂੰ ਮੈਨੂੰ ਕਿਹਾ ਸੀਗਾ ਕਿ ਫੌਜਾਂ ਤਿਆਰ ਕਰਕੇ ਦਿਖਾ ਲ ਮੈਂ ਤੁਹਾਨੂੰ ਤਿਆਰ ਕਰਕੇ ਦਿਖਾ ਲੜੀਆਂ ਇਸ ਕਰਕੇ ਜਿਹੜਾ ਤੇਰਾ ਹੋਣਾ ਇਹ ਬੇਨਤੀ ਆ ਜਾਂ ਹੁਕਮ ਆ ਉਹ ਮੈਂ ਨਹੀਂ ਮੰਨ ਸਕਦਾ ਤੇ ਇਹ ਕਹਿ ਕੇ ਉਹਨੇ 102 ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਦਾ ਸਹਾਰਾ ਲਾਤਾ ਤੇ ਫਿਰ ਬਾਕੀ ਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਦੋ ਲਾਈਨਾਂ ਦੇ ਵਿੱਚ ਬਚੀਆਂ ਤੇ 99 99 ਤੇ ਉਹਨੇ ਦੋ ਮੋਹਰਲੀਆ ਕੁੜੀਆਂ ਨੂੰ ਕਹਿਤਾ ਹੁਣ ਇਨਚਾਰਜ ਤੁਸੀਂ ਆ ਉਗੰਨਾ ਮੈਂ ਅਖਰ ਫੇ ਕਹੂੰਗਾ ਸੱਜੇ ਮੁੜਨਾ ਤਸੱਜੇ ਖੱਬੇ ਮੁੜਨਾ ਤਾਂ ਖੱਬੇ ਤੇ ਕੁੜੀਆਂ ਤਿਆਰ ਖੜੀਆਂ ਸੀ ਪਹਿਲਾਂ ਹੀ ਤੇ ਫੇਰ ਉਹਨੂੰ ਜਦੋਂ ਤੀਜੀ ਵਾਰੀ ਕਿਹਾ ਖੱਬੇ ਮੁੜੋ ਤੇ ਕੁੜੀਆਂ ਸਾਰੀਆਂ ਖੱਬੇ ਮੁੜ ਗਈਆਂ ਜਦੋਂ ਕਿ ਸੱਜੇ ਮੁੜੋ ਤੇ ਸੱਜੇ ਮੁੜ ਗਈਆਂ ਉੱਥੇ ਇਤਿਹਾਸ ਮੁਤਾਬਕ ਕਿ ਇੱਕ ਸੂਈ ਸੱਟਣ ਚੋਗਾ ਵੀ ਖੜਕਾ ਨਹੀਂ ਸੀ ਸੁਣਦਾ ਤੇ ਨਾ ਕੋਈ ਹੱਸਣ ਦੀ ਤਾਂ ਹਿੰਮਤ ਹੀ ਕਿਸੇ ਦੀ ਕੀ ਪੈਣੀ ਸੀ ਤੇ ਫਿਰ ਸਾਨੂੰ ਸੁਨੇਹਾ ਕਿਹਾ ਸਮਰਾਟ ਨੂੰ ਕਿ ਆ ਕੇ ਤੁਸੀਂ ਥੱਲੇ ਦੇਖ ਲਓ ਕੁੜੀਆਂ ਦਾ ਇਮਤਿਹਾਨ ਲੈ ਲਓ ਇਹ ਫੌਜ ਲਈ ਲੜਾਈ ਲਈ ਤਿਆਰ ਹੈ ਇਹਨਾਂ ਨੂੰ ਜਿੱਥੇ ਤੁਸੀਂ ਕਹੋਗੇ ਇਹ ਤੁਹਾਡਾ ਹੁਕਮ ਮੰਨੂਗੀਆਂ ਤੇ ਮਹਾਰਾਜ ਕਹਿੰਦਾ ਕਿ ਮੈਂ ਨਹੀਂ ਇੱਥੇ ਆਉਣਾ ਮੈਂ ਨਹੀਂ ਇਹਨਾਂ ਦਾ ਇਮਤਿਹਾਨ ਲੈਣਾ ਚਾਹੁੰਦਾ ਕਿਉਂਕਿ ਉਹ ਥੋੜੇ ਜਿਹਾ ਉਹਨੂੰ ਝਟਕਾ ਲੱਗਾ ਸੀਗਾ ਕਿ ਕੁੜੀਆਂ ਦੇ ਸਹਿਰ ਵੱਡ ਦਿੱਤੇ ਉਹ ਕਹਿੰਦਾ ਜੋ ਤੂੰ ਕਹਣਾ ਠੀਕ ਆ ਸੁਨਸੂ ਕਹਿੰਦਾ ਕਿ ਤੂੰ ਤੈਨੂੰ ਸਮਝਿਆ ਹੀ ਨਹੀਂ ਹੈ ਕਿ ਤੂੰ ਗੱਲਾਂ ਕੀ ਕਰਦਾ ਤੈਨੂੰ ਲੜਾਈ ਦਾ ਨਹੀਂ ਪਤਾ ਤੈਨੂੰ ਫੌਜ ਦੇ ਤੌਰ ਤਰੀਕਿਆਂ ਦਾ ਹੀ ਨਹੀਂ ਪਤਾ ਤੂੰ ਸਿਰਫ ਉਹਦੀਆਂ ਫੋਕੀਆਂ ਗੱਲਾਂ ਕੰਨ ਜਾਣਦਾ ਪਤਾ ਤੈਨੂੰ ਕੁਝ ਨਹੀਂ ਹੈ ਤੇ ਤੂੰ ਜੋ ਕੁਝ ਕਹਿਨਾ ਉਹਦੇ ਤੇ ਪੱਕਾ ਨਹੀਂ ਜੇ ਤੂੰ ਤਿਆਰ ਕਰਨ ਲੇਖਿਆ ਸੀ ਤੂੰ ਹੁਣ ਥੱਲੇ ਵੀ ਨਹੀਂ ਆਇਆ ਤੇ ਸਮਰਾਟ ਉਹਦੀਆਂ ਗੱਲਾਂ ਸੁਣ ਕੇ ਕਾਫੀ ਜਿੱਦਾਂ ਉਹਨੂੰ ਲੱਗਾ ਕਿ ਹਾਂ ਇਹ ਬੰਦਾ ਸਹੀ ਆ ਤੇ ਉਹਨੇ ਕਹਿੰਦੇ ਸੁਨੂ ਨੂੰ ਨੌਕਰੀ ਤੇ ਰੱਖ ਲਿਆ ਤੇ ਇਹ ਆਪਾਂ ਸੈਗਮੈਂਟ ਇੱਥੇ ਖਤਮ ਕਰਦੇ ਆਂ ਤੇ ਜਿਹੜਾ ਹੁਣ ਮੈਂ ਅਗਲਾ ਸੈਗਮੈਂਟ ਬਣਾਵਾਂਗਾ ਉਥੋਂ ਆਪਾਂ ਜਿਹੜੀ ਉਹਦੀ ਥਿਊਰੀ ਆ ਉਹ 13 ਚੈਪਟਰ ਆ ਤੇ 13 ਚੈਪਟਰ ਅੱਗੇ ਜਿਹੜੇ ਆ ਉਹ ਕਾਫੀ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਬੜਾ ਪਹਿਲਾ ਚੈਪਟਰ ਹੁੰਦਾ ਤੇ ਫਿਰ ਉਹਦੇ ਵਿੱਚ ਇੱਕ ਦੋ ਆਰਟੀਕਲ ਜਾਂ ਛੋਟੇ ਜਿਹੜੇ ਹਿੱਸਿਆਂ 'ਚ ਵੰਡੇ ਹੁੰਦਾ ਉਹ ਆਪਾਂ ਉਹਦੀ ਡਿਸਕਸ ਕਰਨੀ ਸ਼ੁਰੂ ਕਰਾਂਗੇ ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਚੈਪਟਰ ਪੰਜਾਬੀ ਦੇ ਵਿੱਚ ਪਹਿਲੀ ਵਾਰੀ 2500 ਸਾਲਾਂ ਦੇ ਵਿੱਚ ਟਰਾਂਸਲੇਸ਼ਨ ਕਰਕੇ ਤੇ ਕੋਸ਼ਿਸ਼ ਕਰਾਂਗਾ ਜਿੰਨਾ ਕੁ ਮੇ ਤੋਂ ਮੈਨੂੰ ਆਉਂਦਾ ਆ ਕਿ ਮੈਂ ਐਡਾ ਵੱਡਾ ਵਿਦਵਾਨ ਤਾਂ ਫਿਲਾਸਫਰ ਹੈ ਨਹੀਂ ਤੇ ਤੁਹਾਨੂੰ ਕਾਫੀ ਕੁਝ ਇਤੋਂ ਸਿੱਖਣ ਲਈ ਮਿਲੇਗਾ ਤਦ ਤੱਕ ਲਈ ਖੁਸ਼ ਰਹੋ ਆਪਾਂ ਦਾ